ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਮੈਂ ਸਿੰਪਲਪ੍ਰੀਤ ਕੌਰ ਅਤੇ ਆਮ ਰਜਿਸਟਰ ਮਾਈਗ੍ਰੇਸ਼ਨ ਏਜੰਟ ਐਟ ਔਸਿਜ਼ ਗਰੁੱਪ ਐਂਡ ਤੁਹਾਡੇ ਸਾਰੇ ਦੇ ਸਾਹਮਣੇ ਅੱਜ ਮੈਂ ਲਾਈਵ ਸੈਸ਼ਨ ਲੈ ਕੇ ਹਾਜ਼ਰ ਹੋਈ ਹਾਂ। ਇਹ ਲਾਈਵ ਸੈਸ਼ਨ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਜੋ ਵੀ ਨਿਊ ਚੇਂਜਿਸ ਆ ਰਹੇ ਨੇ ਇਮੀਗ੍ਰੇਸ਼ਨ, ਜਿਹੜੇ ਨਿਊ ਚੇਂਜਿਸ ਲੈ ਕੇ ਆ ਰਹੇ ਨੇ PR ਦੇ ਲਈ ਜਾਂ ਕਿਸੇ ਵੀ ਵੀਜ਼ਾ ਦੇ ਰਿਲੇਟਡ, ਅਤੇ ਜੋ ਨੈਕਸਟ ਈਅਰ ਦੇ ਵਿੱਚ ਫਾਈਨੈਂਸ਼ੀਅਲ ਈਅਰ ਦੇ ਵਿੱਚ ਚੇਂਜਿਸ ਆ ਰਹੇ ਨੇ ਉਹਨਾਂ ਦੇ ਬਾਰੇ ਡਿਸਕਸ ਕਰੂੰਗੇ। ਅਤੇ ਮੈਂ ਤੁਹਾਨੂੰ ਕਹੂੰਗੀ ਕਿ ਤੁਸੀਂ ਵੱਧ ਤੋਂ ਵੱਧ ਮਤਲਬ ਆਪਣੇ ਫਰੈਂਡਸ ਦੇ ਨਾਲ ਇਹ ਲਾਈਵ ਵੀਡੀਓ ਸ਼ੇਅਰ ਕਰੋ ਅਤੇ ਤੁਸੀਂ ਵੀ ਜੁੜੇ ਰਹੋ ਇਸ ਵੀਡੀਓ ਦੇ ਨਾਲ ਤਾਂ ਕਿ ਤੁਹਾਨੂੰ ਵੱਧ ਤੋਂ ਵੱਧ ਇਨਫੋਰਮੇਸ਼ਨ ਮਿਲ ਸਕੇ ਜੋ ਵੀ ਨਿਊ ਚੇਂਜਿਸ ਨੇ ਉਹਨਾਂ ਦੇ ਬਾਰੇ। ਅਤੇ ਤੁਸੀਂ ਜੋ ਵੀ ਤੁਹਾਨੂੰ ਕੁਐਰੀਜ਼ ਨੇ ਉਹ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਮੈਨੂੰ ਕੁਐਸਚਨਸ ਪੁੱਛ ਸਕਦੇ ਹੋ ਅਤੇ ਮੈਂ ਟਰਾਈ ਕਰੂੰਗੀ ਮੈਕਸੀਮਮ ਕੁਐਸਚਨਸ ਦੇ ਆਨਸਰ ਕਰਨ ਦੀ, ਮਤਲਬ ਟਾਈਮ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ। ਅਤੇ ਚਲੋ ਸਭ ਤੋਂ ਪਹਿਲਾਂ ਸਟਾਰਟ ਕਰਦੇ ਹਾਂ ਇੱਥੋਂ ਇਨਵੀਟੇਸ਼ਨ ਰਾਊਂਡ ਦੇ ਨਾਲ। ਹਾਂਜੀ, ਜਿਹੜਾ 11 ਤਰੀਕ ਨੂੰ ਇਨਵੀਟੇਸ਼ਨ ਰਾਊਂਡ ਹੋਇਆ ਆ ਅਪ੍ਰੈਲ ਦੀ ਨੂੰ, ਉਹਦੇ ਸਟੈਟਿਸਟਿਕਸ ਆ ਚੁੱਕੇ ਨੇ ਕੱਲ੍ਹ। ਜੇ ਉਹਦੇ ਸਟੈਟਿਸਟਿਕਸ ਦੇਖੇ ਜਾਵੇ ਤਾਂ ਸਾਰੇ ਜਿਹੜੇ ਸਟੂਡੈਂਟ ਸੀ ਉਹ ਵਿਚਾਰੇ ਟੈਨਸ਼ਨ ਦੇ ਵਿੱਚ ਆ ਗਏ ਕਿ ਹਾਂ ਕਿ ਇਹ ਕੀ ਹੋ ਗਿਆ, ਇੰਨੇ ਜ਼ਿਆਦਾ ਪੁਆਇੰਟਸ ਇਨਕਰੀਜ਼ ਹੋ ਗਏ ਸੀ। ਮੈਂ ਤੁਹਾਨੂੰ ਸਭ ਨੂੰ ਇਹ ਕਹਿਣਾ ਚਾਹੂੰਗੀ ਕਿ ਪਲੀਜ਼ ਤੁਸੀਂ ਘਬਰਾਓ ਨਾ, ਕਿਉਂਕਿ ਇਹ ਐਂਡ ਆਫ ਦਾ ਫਾਈਨੈਂਸ਼ੀਅਲ ਈਅਰ ਆ, ਤਾਂ ਓਬਵੀਅਸਲੀ ਫਾਈਨੈਂਸ਼ੀਅਲ ਈਅਰ ਦੇ ਐਂਡ ਵਿੱਚ ਹਰ ਇੱਕ ਸਾਲ ਇੱਦਾਂ ਹੁੰਦਾ ਕਿ ਜਿਹੜਾ ਪੁਆਇੰਟ ਕੱਟ ਆਫ ਆ ਉਹ ਹਾਈ ਹੋ ਜਾਂਦਾ ਆ। ਠੀਕ ਆ, ਜੇ ਦੇਖਿਆ ਜਾਵੇ ਹੁਣ ਤਾਂ 100 ਤੋਂ ਵੀ ਘੱਟ ਲੋਕਾਂ ਨੂੰ ਇਨਵੀਟੇਸ਼ਨ ਆਏ ਨੇ ਅਤੇ ਹੋਰ ਵੀ ਮਤਲਬ ਬਹੁਤ ਜ਼ਿਆਦਾ ਹਾਈਐਸਟ ਪੁਆਇੰਟਸ 'ਤੇ ਆਏ ਨੇ। ਜਿਹੜੇ ਸਕਿੱਲਡ ਇੰਡੀਪੈਂਡੈਂਟ ਵੀਜ਼ਾ ਸੀ 189, ਜੇ ਨੋਨ ਪ੍ਰੋਰੈਟਾ ਓਕੂਪੇਸ਼ਨ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਵੀ 80 ਪੁਆਇੰਟਸ 'ਤੇ ਲੋਕਾਂ ਨੂੰ ਇਨਵੀਟੇਸ਼ਨ ਆਏ ਨੇ। ਅਤੇ ਜੇ 489 ਦੀ ਗੱਲ ਕਰੀਏ ਤਾਂ ਉਹਦੇ ਵਿੱਚ ਵੀ 80 ਪੁਆਇੰਟਸ 'ਤੇ ਇਨਵੀਟੇਸ਼ਨ ਜਿਹੜੇ ਨੇ ਇਮੀਗ੍ਰੇਸ਼ਨ ਨੇ ਦਿੱਤੇ ਨੇ। ਓਕੇ, ਇਹ ਆ ਗਏ ਹੁਣ ਅੱਗੇ ਪ੍ਰੋਰੈਟਾ ਓਕੂਪੇਸ਼ਨਸ। ਪ੍ਰੋਰੈਟਾ ਓਕੂਪੇਸ਼ਨ ਮੀਨਸ ਕਿ ਜਿਹੜੇ ਓਕੂਪੇਸ਼ਨਸ ਦੀ ਡਿਮਾਂਡ ਜਿਹੜੀ ਆ ਉਹ ਹਾਈ ਆ ਅਤੇ ਉਹਨਾਂ ਦੀ ਸਪਲਾਈ ਮਤਲਬ ਕਲਾਇੰਟਸ ਦੀ ਜਾਂ ਸਟੂਡੈਂਟਸ ਦੀ ਸਪਲਾਈ ਤੁਸੀਂ ਕਹਿ ਦਿਓ ਕਿ ਉਹ ਹਾਈਐਸਟ ਆ, ਉਹਦੇ ਲਈ ਉਹਨਾਂ ਨੂੰ ਪ੍ਰੋਰੈਟਾ ਓਕੂਪੇਸ਼ਨਸ ਕਹਿ ਦਿੰਦੇ ਨੇ। ਅਤੇ ਉਹਨਾਂ ਦੇ ਵਿੱਚ ਜੇ ਇਨਵੀਟੇਸ਼ਨ ਰਾਊਂਡ ਦੇਖਿਆ ਜਾਵੇ ਜੋ ਲਾਸਟ ਹੋਇਆ ਸੀ, ਅਤੇ ਅਕਾਊਂਟੈਂਟਸ ਨੂੰ ਇਨਵੀਟੇਸ਼ਨ ਦਿੱਤੇ ਗਏ ਨੇ 90 ਪੁਆਇੰਟ ਦੇ ਉੱਤੇ, ਜਿਹੜੇ ਕਿ ਹਾਈਐਸਟ ਆ ਹੁਣ ਤੱਕ ਦੇ। ਐਂਡ ਬਾਕੀ ਓਕੂਪੇਸ਼ਨ ਜਿਹੜੇ IT ਦੇ ਓਕੂਪੇਸ਼ਨਸ ਨੇ ਉਹ ਸਾਰੇ 80 ਪੁਆਇੰਟਸ 'ਤੇ ਰਹੇ ਨੇ, ਐਕਸੈਪਟ ਬਿਜ਼ਨਸ ਐਨਲਿਸਟ। ਜੇ ਦੇਖਿਆ ਜਾਵੇ ਤਾਂ ਬਿਜ਼ਨਸ ਐਨਲਿਸਟ ਦੇ ਜਿਹੜੇ ਇਨਵੀਟੇਸ਼ਨਸ ਆਏ ਨੇ ਉਹ 85 ਪੁਆਇੰਟਸ 'ਤੇ ਆਏ ਨੇ, ਪਲੱਸ ਐਕਸਟਰਨਲ ਆਡੀਟਰਸ ਜਿਹੜੇ ਨੇ ਉਹਨਾਂ ਦੇ ਇਨਵੀਟੇਸ਼ਨਸ ਵੀ 85 ਪੁਆਇੰਟਸ 'ਤੇ ਆਏ ਨੇ। ਅਤੇ ਜਿਵੇਂ ਕਿ ਅਕਾਊਂਟੈਂਟਸ ਤਾਂ ਪਹਿਲਾਂ ਹੀ ਇੰਨੀ ਟੈਨਸ਼ਨ ਦੇ ਵਿੱਚ ਸੀਗੇ ਕਿ ਹਾਂ 85 ਪੁਆਇੰਟਸ 'ਤੇ ਇਨਵੀਟੇਸ਼ਨਸ ਆ ਰਹੇ ਸੀਗੇ, ਬਟ ਇਸ ਰਾਊਂਡ ਦੇ ਵਿੱਚ 90 ਪੁਆਇੰਟ 'ਤੇ ਇਨਵੀਟੇਸ਼ਨ ਆਏ ਨੇ ਅਕਾਊਂਟੈਂਟਸ ਦੇ, ਅਤੇ ਬਾਕੀ ਓਕੂਪੇਸ਼ਨ ਦੇ 80 ਹੋ ਗਏ ਨੇ ਜਾਂ 85 ਹੋ ਗਏ ਨੇ। ਇਸ ਚੀਜ਼ ਦਾ ਕਾਰਨ ਕੀ ਆ ਕਿ ਐਂਡ ਆਫ ਦਾ ਫਾਈਨੈਂਸ਼ੀਅਲ ਈਅਰ ਆ, ਇਸ ਕਰਕੇ ਪੁਆਇੰਟਸ ਦੀ ਰਿਕੁਆਇਰਮੈਂਟ ਜਿਹੜੀ ਕੱਟ ਆਫ ਆ ਉਹਨਾਂ ਨੇ ਹਾਈ ਕਰ ਦਿੱਤੀ ਆ ਇਮੀਗ੍ਰੇਸ਼ਨ ਨੇ। ਪਰ ਜੋ ਵੀ ਨਿਊ ਚੇਂਜਿਸ ਲੈ ਕੇ ਆ ਰਿਹਾ ਇਮੀਗ੍ਰੇਸ਼ਨ ਦਾ, ਉਹਦੇ ਬਾਰੇ ਮੈਂ ਤੁਹਾਨੂੰ ਉਹਦਾ ਇੱਕ ਪੋਜ਼ਿਟਿਵ ਆਸਪੈਕਟ ਦੱਸਣ ਜਾ ਰਹੀ ਹਾਂ ਕਿ ਤੁਸੀਂ ਘਬਰਾਉਣ ਦੀ ਲੋੜ ਨਹੀਂ ਆ। ਅਫਕੋਰਸ ਇਹ ਟਾਈਮ ਤੁਹਾਨੂੰ ਥੋੜ੍ਹਾ ਜਿੰਨਾ ਪੇਸ਼ੈਂਸ ਰੱਖਣਾ ਪਊਗਾ, ਬਟ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਨਿਊ ਪੁਆਇੰਟ ਸਿਸਟਮ ਆ ਉਹ ਤੁਹਾਨੂੰ ਕਿਵੇਂ ਬੈਨੀਫਿਟ ਕਰਨ ਜਾ ਰਿਹਾ। ਓਕੇ, ਇਹ ਨਿਊ ਪੁਆਇੰਟ ਸਿਸਟਮ ਜਿਹੜਾ ਇੰਟਰੋਡਿਊਸ ਹੋ ਰਿਹਾ ਆ, ਮਤਲਬ ਅਨਾਊਂਸ ਹੋ ਗਿਆ ਇਮੀਗ੍ਰੇਸ਼ਨ ਵੱਲੋਂ ਆਲਰੇਡੀ, ਪਰ 16th of November 2019 ਨੂੰ ਇਹ ਨਿਊ ਪੁਆਇੰਟ ਸਿਸਟਮ ਜਿਹੜਾ ਇੰਪਲੀਮੈਂਟ ਹੋਊਗਾ। ਉਹਦੇ ਵਿੱਚ ਪਹਿਲਾਂ ਤਾਂ ਮੈਂ ਤੁਹਾਨੂੰ ਇਸ ਚੀਜ਼ ਬਾਰੇ ਦੱਸ ਦੂੰਗੀ ਕਿ ਜਿਹੜੇ ਚੀਜ਼ਾਂ ਦੇ ਪੁਆਇੰਟਸ ਦੇ ਵਿੱਚ ਕੋਈ ਚੇਂਜਿਸ ਨਹੀਂ ਆਏ ਉਹ ਕਿਹੜੀਆਂ ਚੀਜ਼ਾਂ ਨੇ। ਏਜ ਦੇ ਪੁਆਇੰਟਸ ਦੇ ਵਿੱਚ ਕੋਈ ਚੇਂਜਿਸ ਨਹੀਂ ਆਏ, ਜਿਵੇਂ ਕਿ ਪਹਿਲਾਂ 25 ਤੋਂ ਜਿਹੜੇ ਘੱਟ ਸੀਗੇ ਉਹਨਾਂ ਨੂੰ 25 ਪੁਆਇੰਟਸ ਮਿਲਦੇ ਸੀ, ਜਿਹੜੇ 25 to 33 ਦੇ ਵਿੱਚ ਸੀ ਉਹਨਾਂ ਨੂੰ 30 ਪੁਆਇੰਟਸ ਮਿਲਦੇ ਸੀ ਮੈਕਸੀਮਮ ਪੁਆਇੰਟਸ, ਜਿਹੜੇ 33 ਤੋਂ ਉੱਪਰ ਹੋ ਜਾਂਦੇ ਨੇ ਉਹਨਾਂ ਨੂੰ 25 ਅਗੇਨ ਐਂਡ ਦੈਨ 15 ਪੁਆਇੰਟਸ ਮਿਲਦੇ ਸੀਗੇ ਅੱਗੇ ਅੱਗੇ ਵੱਧਦੇ ਹੋਏ, ਹੈ ਨਾ। ਕੁਆਲੀਫਿਕੇਸ਼ਨ ਦੇ ਵਿੱਚ ਵੀ ਕੋਈ ਚੇਂਜਿਸ ਨਹੀਂ ਆਏ, ਕਿ ਉਹੀ ਆ ਕਿ ਹਾਂ ਮਾਸਟਰਸ ਬੈਚਲਰਸ ਦੇ ਲਈ 15 ਪੁਆਇੰਟਸ ਨੇ ਹਾਈਐਸਟ, ਜੇ ਬਾਏ ਰਿਸਰਚ ਕਰਦੇ ਹੋ ਤਾਂ 5 ਹੋਰ ਪੁਆਇੰਟਸ ਮਿਲਦੇ ਨੇ, PhD ਕਰਦੇ ਹੋ ਇੱਦਾਂ, ਜੋ ਵੀ ਪੁਆਇੰਟਸ ਸੀਗੇ ਉਹ ਸੇਮ ਹੀ ਨੇ। ਜੇ ਤੁਸੀਂ ਆਸਟ੍ਰੇਲੀਆ ਦੇ ਵਿੱਚ ਸਟੱਡੀ ਕਰਦੇ ਹੋ ਤਾਂ 5 ਪੁਆਇੰਟਸ ਮਿਲਦੇ ਨੇ 2 ਈਅਰ ਸਟੱਡੀ ਕਰਦੇ ਹੋ ਇੱਥੇ ਆਸਟ੍ਰੇਲੀਆ ਦੇ ਵਿੱਚ, ਇਹਦੇ ਵਿੱਚ ਕੋਈ ਚੇਂਜਿਸ ਨਹੀਂ ਨੇ। ਇੰਗਲਿਸ਼ ਸਕੋਰ ਦੇ ਵਿੱਚ 7 ਈਚ ਦੇ 10 ਪੁਆਇੰਟਸ ਹੀ ਨੇ, 65 PT ਉਹਦੇ 10 ਪੁਆਇੰਟਸ ਹੀ ਨੇ, 8 ਈਚ ਦੇ ਜਾਂ 79 ਈਚ ਇਨ PT ਉਹਦੇ ਵੀ 20 ਪੁਆਇੰਟਸ ਹੀ ਨੇ, ਨਾਟੀ ਜਾਂ CCL ਜੇ ਦੇਖਿਆ ਜਾਵੇ ਉਹਦੇ ਵੀ 5 ਪੁਆਇੰਟਸ ਨੇ। ਰੀਜਨਲ ਸਟੱਡੀ, ਜੇ ਤੁਸੀਂ ਰੀਜਨਲ ਏਰੀਆ ਦੇ ਵਿੱਚ ਸਟੱਡੀ ਕਰਦੇ ਹੋ ਪਲੱਸ ਸਟੇ ਕਰਦੇ ਹੋ, ਉਹਦੇ ਪਹਿਲਾਂ ਵੀ 5 ਪੁਆਇੰਟ ਸੀਗੇ, ਉਹਦੇ ਹੁਣ ਵੀ 5 ਪੁਆਇੰਟ ਹੀ ਨੇ। ਦੈਨ ਪ੍ਰੋਫੈਸ਼ਨਲ ਈਅਰ ਦੇ ਵੀ 5 ਪੁਆਇੰਟ ਹੀ ਨੇ। ਸੋ ਬੇਸਿਕਲੀ ਇਹ ਜਿਹੜੇ ਇੱਧਰਲੀ ਸਾਈਡ ਦੇ ਉੱਤੇ ਲਿਖੇ ਹੋਏ ਨੇ ਸਾਰੇ ਫੈਕਟਰਸ ਜਿਨ੍ਹਾਂ ਤੋਂ ਪੁਆਇੰਟਸ ਮਿਲਦੇ ਨੇ, ਇਹਨਾਂ ਦੇ ਪੁਆਇੰਟਸ ਦੇ ਵਿੱਚ ਕੋਈ ਵੀ ਚੇਂਜਿਸ ਨਹੀਂ ਆਈਆਂ, ਬਟ ਜੋ ਚੇਂਜਿਸ ਆਈਆਂ ਨੇ ਜੋ ਪੋਜ਼ਿਟਿਵ
changes aan wale ne point system de vich apa ode bare discussion karange kende partner points de vich te state and territory government jede pehle tusi state nomination lodge karde si ta thonu 10 points milde si jidda for example 489 visa hun state visa lodge karo state nomination lodge karoge ta thonu 15 points milange pehla 489 family sponsorship lodge karde si ta thonu 10 points milde si hun karoge ta 15 points milange ਹੁਣ ਇਹਦਾ ਬੈਨੀਫਿਟ ਕੀ ਹੋਊਗਾ ਜੇ ਆਪਾਂ ਇੱਕ ਐਗਜ਼ਾਮਪਲ ਲਈਏ ਪਹਿਲਾਂ 489 ਵੀਜ਼ਾ ਦੇ ਲਈ ਤੁਹਾਡੀ ਐਲੀਜੀਬਿਲਟੀ ਹੁੰਦੀ ਸੀ 65 ਪੁਆਇੰਟਸ ਐਨੀਵੇ ਜਨਰਲ ਸਕਿੱਲ ਮਾਈਗ੍ਰੇਸ਼ਨ ਦੇ ਸਾਰੇ ਵੀਜ਼ਾਸ ਦੇ ਲਈ ਜਿਹੜੀ ਐਲੀਜੀਬਿਲਟੀ ਕ੍ਰਾਈਟੇਰੀਆ ਇਸ 65 ਪੁਆਇੰਟਸ ਤਾਂ ਤੁਹਾਨੂੰ 489 ਇਹਨਾਂ ਦੋਨਾਂ ਸਟ੍ਰੀਮਸ ਦੇ ਲਈ 55 ਪੁਆਇੰਟਸ ਆਪਣੇ ਆਪ ਕਰਨੇ ਪੈਂਦੇ ਸੀ ਬਟ ਹੁਣ ਜੇ ਇੱਥੋਂ ਤੁਹਾਨੂੰ 15 ਪੁਆਇੰਟ ਮਿਲ ਰਹੇ ਨੇ ਇਹਨਾਂ ਦੋਨਾਂ ਚੀਜ਼ਾਂ ਤੋਂ ਵਿਚ ਮੀਨਸ ਤੁਸੀਂ ਜੇ ਤੁਹਾਡੇ ਕੋਲ 50 ਪੁਆਇੰਟਸ ਵੀ ਹੈਗੇ ਨੇ ਤਾਂ ਤੁਸੀਂ ਐਲੀਜੀਬਲ ਹੋ ਜਾਓਗੇ ਮਿਨੀਮਮ ਪੁਆਇੰਟਸ ਦੇ ਨਾਲ ਇਹਨਾਂ ਦੋਨਾਂ ਸਟ੍ਰੀਮਸ ਦੇ ਲਈ ਠੀਕ ਹੈ ਦੈਨ ਪਾਰਟਨਰ ਪੁਆਇੰਟਸ ਲੈਟਸ ਡਿਸਕਸ ਪਾਰਟਨਰ ਪੁਆਇੰਟਸ ਓਕੇ ਹੁਣ ਪਾਰਟਨਰ ਪੁਆਇੰਟਸ ਦੇ ਲਈ ਇਹ ਉਹਨਾਂ ਦੇ ਲਈ ਖੁਸ਼ਖਬਰੀ ਆ ਕਿ ਜਿਨ੍ਹਾਂ ਦੇ ਕੋਲ ਸਕਿੱਲਡ ਪਾਰਟਨਰ ਆ ਠੀਕ ਹੈ ਪਹਿਲਾਂ ਸਕਿੱਲਡ ਪਾਰਟਨਰ ਦੇ 5 ਪੁਆਇੰਟ ਮਿਲਦੇ ਸੀ ਸਕਿੱਲਡ ਪਾਰਟਨਰ ਮਤਲਬ ਪੋਜ਼ਿਟਿਵ ਸਕਿੱਲ ਅਸੈਸਮੈਂਟ ਹੋਣੀ ਚਾਹੀਦੀ ਆ ਪਾਰਟਨਰ ਦੀ ਤੇ ਪਾਰਟਨਰ ਦੇ ਕੋਲ ਕੰਪੀਟੈਂਟ ਇੰਗਲਿਸ਼ ਵਿਚ ਮੀਨਸ 6 ਈਚ ਹੋਣੇ ਚਾਹੀਦੇ ਨੇ ਹੁਣ ਇਸ ਟਾਈਮ ਤੱਕ ਪਾਰਟਨਰ ਦੇ 5 ਪੁਆਇੰਟ ਮਿਲਦੇ ਸੀ ਜੇ ਤੁਹਾਡੇ ਕੋਲ ਸਕਿੱਲ ਪਾਰਟਨਰ ਆ ਬਟ 16th November ਦੇ ਬਾਅਦ 16th November 2019 ਦੇ ਬਾਅਦ ਉਹ ਕਹਿੰਦੇ ਨੇ ਕਿ ਜੇ ਤੁਹਾਡੇ ਕੋਲ ਸਕਿੱਲ ਪਾਰਟਨਰ ਆ ਪਾਰਟਨਰ ਦੀ ਪੋਜ਼ਿਟਿਵ ਸਕਿੱਲ ਅਸੈਸਮੈਂਟ ਆ ਪਲੱਸ 6 ਈਚ ਹੈਗੇ ਨੇ ਤਾਂ ਤੁਹਾਨੂੰ 10 ਪੁਆਇੰਟ ਮਿਲਣਗੇ ਉਸ ਚੀਜ਼ ਦੇ ਦੈਨ ਓਕੇ ਜੇ ਕਿਸੇ ਦੇ ਕੋਲ ਸਕਿੱਲ ਪਾਰਟਨਰ ਨਹੀਂ ਆ ਪਾਰਟਨਰ ਦਾ ਆਕੂਪੇਸ਼ਨ ਸੇਮ ਸਕਿੱਲ ਆਕੂਪੇਸ਼ਨ ਲਿਸਟ ਦੇ ਵਿੱਚ ਨਹੀਂ ਆ ਪਰ ਪਾਰਟਨਰ ਦੇ ਕੋਲ 6 ਈਚ ਹੈਗੇ ਨੇ ਤਾਂ ਵੀ ਤੁਹਾਨੂੰ ਪੁਆਇੰਟਸ ਦਾ ਬੈਨੀਫਿਟ ਮਿਲੂਗਾ ਤੁਹਾਨੂੰ 5 ਪੁਆਇੰਟ ਮਿਲ ਸਕਦੇ ਨੇ ਅਗੇਨ ਇਹ ਮੈਂ ਮੰਨਦੀ ਹਾਂ ਕਿ ਇੱਕ ਪੋਜ਼ਿਟਿਵ ਚੀਜ਼ ਆ ਕਿ ਹਾਂ ਕਿ ਜਿਨ੍ਹਾਂ ਦਾ ਆਕੂਪੇਸ਼ਨ ਸਕਿੱਲ ਲਿਸਟ ਦੇ ਵਿੱਚ ਨਹੀਂ ਨਹੀਂ ਸੀਗਾ ਉਹ ਵੀ 5 ਪੁਆਇੰਟ ਦਾ ਫਾਇਦਾ ਲੈ ਸਕਦੇ ਨੇ ਇਹਦੇ ਵਿੱਚ ਓਕੇ ਇੱਕ ਹੋਰ ਚੀਜ਼ ਜਿਨ੍ਹਾਂ ਦੇ ਪਾਰਟਨਰ ਪਰਮਨੈਂਟ ਰੈਜ਼ੀਡੈਂਟ ਜਾਂ ਆਸਟ੍ਰੇਲੀਅਨ ਸਿਟੀਜ਼ਨ ਨੇ ਤਾਂ ਉਹਨਾਂ ਨੂੰ ਵੀ 10 ਪੁਆਇੰਟ ਮਿਲਣਗੇ ਪਹਿਲਾਂ ਜਦਕਿ ਇਹਨਾਂ ਦੇ ਕੋਈ ਪੁਆਇੰਟਸ ਨਹੀਂ ਮਿਲਦੇ ਸੀਗੇ ਬਟ ਹੁਣ ਇਮੀਗ੍ਰੇਸ਼ਨ ਨੇ ਕਿਹਾ ਕਿ ਜਿਨ੍ਹਾਂ ਦੇ ਪਾਰਟਨਰ ਜਾਂ ਡਿਫੈਕਟੋ ਰਿਲੇਸ਼ਨਸ਼ਿਪ ਦੇ ਵਿੱਚ ਹੈਗੇ ਹੋ ਤੁਸੀਂ ਤਾਂ ਉਹ ਤੁਹਾਡੇ ਪਾਰਟਨਰ PRR ਜਾਂ ਆਸਟ੍ਰੇਲੀਅਨ ਸਿਟੀਜ਼ਨ ਆ ਤਾਂ ਤੁਸੀਂ ਉਹਨਾਂ ਕੋਲੋਂ 10 ਪੁਆਇੰਟ ਲੈ ਸਕਦੇ ਹੋ ਓਕੇ ਦੈਨ ਦ ਨਿਊ ਪੁਆਇੰਟ ਸਿਸਟਮ ਓਕੇ ਰੈਂਕਿੰਗ ਇੱਥੇ ਤੁਹਾਨੂੰ ਮੈਂ ਰੈਂਕਿੰਗ ਦੇ ਬਾਰੇ ਦੱਸਣਾ ਚਾਹੂੰਗੀ ਕਿ ਇਮੀਗ੍ਰੇਸ਼ਨ ਨੇ ਇੱਕ ਰੈਂਕਿੰਗ ਸਿਸਟਮ ਵੀ ਇੰਟਰੋਡਿਊਸ ਕੀਤਾ ਆ ਕਿ ਜਿੱਦਾਂ ਉਹਨਾਂ ਨੇ ਪੁਆਇੰਟਸ ਬਾਰੇ ਦੱਸ ਦਿੱਤਾ ਕਿ ਹਾਂ ਕਿ ਪੁਆਇੰਟਸ ਕਿਵੇਂ ਕਿਵੇਂ ਮਿਲਣਗੇ ਪਰ ਕਿਹਨੂੰ ਪਹਿਲਾਂ ਪ੍ਰਾਇੋਰਿਟੀ ਦਿੱਤੀ ਜਾਊਗੀ ਇਸ ਚੀਜ਼ ਬਾਰੇ ਵੀ ਇਮੀਗ੍ਰੇਸ਼ਨ ਨੇ ਥੋੜ੍ਹਾ ਦੱਸਿਆ ਆ ਕਿ ਜਿਹਦੇ ਕੋਲ ਮੰਨ ਲਓ ਕਿ 3-4 ਲੋਕ ਨੇ ਜਿਨ੍ਹਾਂ ਦੇ ਸੇਮ 3-4 ਐਪਲੀਕੈਂਟ ਨੇ ਜਿਨ੍ਹਾਂ ਦੇ ਕੋਲ ਸੇਮ ਪੁਆਇੰਟਸ ਨੇ ਐਗਜੈਕਟਲੀ ਸੇਮ ਪੁਆਇੰਟਸ ਨੇ ਪਰ ਪਹਿਲੀ ਪ੍ਰੈਫਰੈਂਸ ਕਿਹਨੂੰ ਦੇਣਗੇ ਜਿਹਦੇ ਕੋਲ ਸਕਿੱਲਡ ਪਾਰਟਨਰ ਆ ਉਹਨੂੰ ਪਹਿਲੀ ਪ੍ਰੈਫਰੈਂਸ ਹੋਊਗੀ ਕਿ ਹਾਂ ਕਿ ਜਿਹਦੇ ਪਾਰਟਨਰ ਦੇ ਕੋਲ ਪੋਜ਼ਿਟਿਵ ਸਕਿੱਲ ਅਸੈਸਮੈਂਟ ਆ ਪਲੱਸ 6 ਇੰਚ ਹੈਗੇ ਨੇ ਤਾਂ ਉਹਨੂੰ ਫਸਟ ਪ੍ਰਾਇੋਰਿਟੀ ਮਿਲੂਗੀ ਤੇ ਸੈਕਿੰਡ ਕੀ ਕਹਿੰਦੇ ਨੇ ਕਿ ਜਿਹੜੇ ਪ੍ਰਾਇਮਰੀ ਐਪਲੀਕੈਂਟਸ ਨੇ ਸਿੰਗਲ ਐਪਲੀਕੈਂਟਸ ਨੇ ਉਹਨਾਂ ਨੂੰ ਵੀ 10 ਪੁਆਇੰਟ ਦਿੱਤੇ ਜਾ ਰਹੇ ਨੇ ਐਸ ਪਰ ਨਿਊ ਪੁਆਇੰਟ ਸਿਸਟਮ ਤਾਂ ਸੈਕਿੰਡ ਪ੍ਰਾਇੋਰਿਟੀ ਸੌਰੀ ਸੈਕਿੰਡ ਨਹੀਂ ਇਕੁਅਲ ਫਸਟ ਪ੍ਰਾਇੋਰਿਟੀ ਸਿੰਗਲ ਐਪਲੀਕੈਂਟਸ ਨੂੰ ਵੀ ਹੋਊਗੀ ਸੋ ਵਿਚ ਮੀਨਸ ਕਿ ਜਿਹਨਾਂ ਦੇ ਕੋਲ ਪਾਰਟਨਰ ਸਕਿੱਲਡ ਪਾਰਟਨਰ ਆ ਉਹਨਾਂ ਦੀ ਫਸਟ ਪ੍ਰਾਇੋਰਿਟੀ ਇਕੁਅਲ ਪ੍ਰਾਇੋਰਿਟੀ ਸਿੰਗਲ ਐਪਲੀਕੈਂਟਸ ਨੂੰ ਦਿੱਤੀ ਜਾਊਗੀ ਜੇ ਉਹਨਾਂ ਦੇ ਕੋਲ ਇਕੁਅਲ ਪੁਆਇੰਟਸ ਨੇ ਤੀਜੀ ਪ੍ਰਾਇੋਰਿਟੀ ਕਿਹਨੂੰ ਦਿੱਤੀ ਜਾਊਗੀ ਜਿਨ੍ਹਾਂ ਦੇ ਕੋਲ ਸਕਿੱਲਡ ਪਾਰਟਨਰ ਨਹੀਂ ਆ ਪਰ ਪਾਰਟਨਰ ਦੇ ਕੋਲ 6 ਈਚ ਦਾ ਸਕੋਰ ਹੈਗਾ ਆ ਤਾਂ ਜਿਹੜੀ ਸੈਕਿੰਡ ਪ੍ਰਾਇੋਰਿਟੀ ਆ ਉਹ ਉਹਨਾਂ ਨੂੰ ਦਿੱਤੀ ਜਾਊਗੀ ਸੇਮ ਪੁਆਇੰਟ ਸੇਮ ਹੋਣੇ ਚਾਹੀਦੇ ਮੈਂ ਜਸਟ ਇੱਕ ਕੰਪੈਰੀਜ਼ਨ ਕਰਕੇ ਤੁਹਾਨੂੰ ਦੱਸ ਰਹੀ ਹਾਂ ਇੱਕ ਸਿਨੈਰੀਓ ਦੱਸ ਰਹੀ ਹਾਂ ਠੀਕ ਹੈ ਦੈਨ ਇਹਦੇ ਬਾਰੇ ਜਿਹਨਾਂ ਦਾ ਪਾਰਟਨਰ ਜਿਹੜਾ PR ਜਾਂ ਰੈਜ਼ੀਡੈਂਟ ਸੌਰੀ ਪਰਮਨੈਂਟ ਰੈਜ਼ੀਡੈਂਟ ਜਾਂ ਆਸਟ੍ਰੇਲੀਅਨ ਸਿਟੀਜ਼ਨ ਹੈਗਾ ਆ ਉਹਦੇ ਬਾਰੇ ਇਮੀਗ੍ਰੇਸ਼ਨ ਨੇ ਕੋਈ ਕਲੈਰਿਟੀ ਨਹੀਂ ਦੱਸੀ ਹੋਈ ਬਟ ਸਟਿਲ ਅਸੀਂ ਕੰਸੀਡਰ ਮਤਲਬ ਲੌਜੀਕਲੀ ਸੋਚ ਸਕਦੇ ਹਾਂ ਕਿ ਹਾਂ ਆਫਕੋਰਸ ਇਹਨਾਂ ਨੂੰ ਵੀ ਪ੍ਰਾਇੋਰਿਟੀ ਦਿੱਤੀ ਜਾਊਗੀ ਐਸ ਕੰਪੇਅਰ ਟੂ ਦੋਸ ਐਪਲੀਕੈਂਟਸ ਜਿਹਨਾਂ ਦੇ ਕੋਲ ਇਨ ਐਲੀਜੀਬਲ ਸਪਾਊਸ ਜਾਂ ਡਿਫੈਕਟੋ ਪਾਰਟਨਰ ਆ ਜਿਹਨਾਂ ਦੇ ਕੋਲ ਪਾਰਟਨਰ ਦੀ ਸਕਿੱਲ ਅਸੈਸਮੈਂਟ ਵੀ ਨਹੀਂ ਹੈਗੀ ਤੇ ਪਾਰਟਨਰ ਦੇ ਕੰਪੀਟੈਂਟ ਇੰਗਲਿਸ਼ ਵੀ ਨਹੀਂ ਹੈਗੀ ਉਹਨਾਂ ਨੂੰ ਲੀਸਟ ਪ੍ਰਾਇੋਰਿਟੀ ਦਿੱਤੀ ਜਾ ਰਹੀ ਆ ਥਰਡ ਨੰਬਰ ਤੇ ਉਹਨਾਂ ਨੂੰ ਰੱਖਿਆ ਸੋ ਬੇਸਿਕਲੀ ਇਹ ਸੀਗਾ ਪੁਆਇੰਟ ਸਿਸਟਮ ਸੋ ਪੁਆਇੰਟ ਸਿਸਟਮ ਦੇ ਰਿਗਾਰਡਿੰਗ ਮੈਂ ਤੁਹਾਨੂੰ ਇਹੀ ਕਹਿਣਾ ਚਾਹੂੰਗੀ ਕਿ ਤੁਸੀਂ ਘਬਰਾਓ ਨਾ
ਇੱਥੇ ਰਹਿ ਕੇ ਜੇ ਤੁਸੀਂ ਇਨ ਸ਼ਾਰਟ ਮੈਲਬਰਨ ਦੇ ਵਿੱਚ ਰਹਿ ਕੇ ਜਾਂ ਵਿਕਟੋਰੀਆ ਦੇ ਵਿੱਚ ਰਹਿ ਕੇ ਮਤਲਬ ਆਪਣੀ PR ਦਾ ਵਰਕਆਊਟ ਕਰਨਾ ਚਾਹੁੰਦੇ ਹੋ ਤਾਂ ਪੁਆਇੰਟਸ 'ਤੇ ਹੀ ਵਰਕਆਊਟ ਕਰਨ ਦੀ ਕੋਸ਼ਿਸ਼ ਕਰੋ। ਅਫਕੋਰਸ ਦਿਸ ਇਜ਼ ਐਨ ਐਂਡ ਆਫ ਦਾ ਫਾਈਨੈਂਸ਼ੀਅਲ ਈਅਰ ਤਾਂ ਥੋੜ੍ਹਾ ਔਖਾ ਹੋ ਰਿਹਾ, ਇਨਵੀਟੇਸ਼ਨਸ ਘੱਟ ਆ ਰਹੇ ਨੇ, ਪਰ ਨੈਕਸਟ ਫਾਈਨੈਂਸ਼ੀਅਲ ਈਅਰ ਦੇ ਵਿੱਚ ਜਦੋਂ ਜੂਨ ਜੁਲਾਈ ਸਟਾਰਟ ਹੋਊਗਾ ਤਾਂ ਅਸੀਂ ਕੁਛ ਚੇਂਜਿਸ ਆਉਣਗੀਆਂ। ਮਤਲਬ ਅਫਕੋਰਸ ਇਮੀਗ੍ਰੇਸ਼ਨ ਨੇ ਨਵੰਬਰ ਤੋਂ ਪਹਿਲਾਂ ਕਿਸੇ ਨੂੰ ਤਾਂ ਇਨਵੀਟੇਸ਼ਨ ਦੇਣਗੇ ਨਾ, ਸੋ ਤੁਸੀਂ ਪਲੀਜ਼ ਬੀ ਪੇਸ਼ੈਂਟ, ਹੌਸਲਾ ਰੱਖੋ ਤੇ ਆਪਣੇ ਪੁਆਇੰਟਸ ਤੇ ਵਰਕਆਊਟ ਕਰਦੇ ਰਹੋ ਤੇ ਆਲਟਰਨੇਟਿਵ ਆਪਸ਼ਨਸ ਦੇਖਣ ਦੀ ਕੋਸ਼ਿਸ਼ ਕਰੋ। ਆਲਟਰਨੇਟਿਵ ਆਪਸ਼ਨਸ ਵੀ ਮੈਂ ਦੱਸੂੰਗੀ ਕਿ ਕਿਹੜੀਆਂ ਨੇ, ਤਾਂ ਤੁਸੀਂ ਪਲੀਜ਼ ਜੁੜੇ ਰਹੋ ਇਸ ਲਾਈਵ ਸੈਸ਼ਨ ਦੇ ਨਾਲ। ਐਂਡ ਅਗੇਨ ਮੈਂ ਤੁਹਾਨੂੰ ਇਹ ਕਹਿਣਾ ਚਾਹੂੰਗੀ ਕਿ ਤੁਸੀਂ ਇਹ ਲਾਈਵ ਸੈਸ਼ਨ ਆਪਣੇ ਫਰੈਂਡਸ ਦੇ ਨਾਲ ਵੀ ਸ਼ੇਅਰ ਕਰ ਸਕਦੇ ਹੋ ਤਾਂ ਕਿ ਹੋਰ ਤੁਹਾਡੇ ਫਰੈਂਡਸ ਜੁੜਨ ਇਸ ਵੀਡੀਓ ਦੇ ਵਿੱਚ ਤੇ ਤੁਹਾਨੂੰ ਜੋ ਵੀ ਕੁਐਸਚਨ ਨੇ ਤੁਸੀਂ ਪੁੱਛ ਸਕਦੇ ਹੋ। ਐਂਡ ਆਹ ਵਾਲੀ ਇਨਫੋਰਮੇਸ਼ਨ ਤੋਂ ਬਾਅਦ ਮੈਂ ਤੁਹਾਡੇ ਕੁਐਸਚਨਸ ਤੇ ਵੀ ਆਊਂਗੀ। ਓਕੇ, ਨਿਊ ਵੀਜ਼ਾਸ, ਇਮੀਗ੍ਰੇਸ਼ਨ ਵੱਲੋਂ ਤਿੰਨ ਨਿਊ ਵੀਜ਼ਾਸ ਇੰਟਰੋਡਿਊਸ ਕੀਤੇ ਜਾ ਰਹੇ ਨੇ ਜਿਹੜੇ ਨੇ 491 ਵੀਜ਼ਾ, 494 ਵੀਜ਼ਾ ਐਂਡ 191। 491 ਵੀਜ਼ਾ ਕੀ ਆ? ਸਕਿੱਲਡ ਰੀਜਨਲ ਵੀਜ਼ਾ। ਇਹ ਵੀਜ਼ਾ ਜਿਹੜਾ ਆ 489 ਵੀਜ਼ਾ ਨੂੰ ਰਿਪਲੇਸ ਕਰੂਗਾ 16th November 2019 ਤੋਂ। ਐਂਡ ਜਿਹੜਾ ਸੈਕਿੰਡ ਵੀਜ਼ਾ ਆ 494 ਵੀਜ਼ਾ ਆ ਵਿਚ ਇਜ਼ ਗੋਇੰਗ ਟੂ ਰਿਪਲੇਸ 187 ਵੀਜ਼ਾ, ਦੈਟ ਇਜ਼ ਕਾਲਡ ਸਕਿੱਲਡ ਇੰਪਲੋਇਰ ਸਪੋਂਸਰਡ ਰੀਜਨਲ ਵੀਜ਼ਾ। ਐਂਡ ਦੈਨ 191 ਤਾਂ ਪਰਮਨੈਂਟ ਵੀਜ਼ਾ ਆ, ਜਿਵੇਂ 887 ਵੀਜ਼ਾ ਕਹਿ ਲਓ ਕਿ ਜਿਵੇਂ 887 ਵੀਜ਼ਾ ਸੀਗਾ ਉੱਦਾਂ ਹੀ 191 ਵੀਜ਼ਾ ਆ। ਪਹਿਲਾਂ ਤੁਸੀਂ 491 ਲਾਂਚ ਕਰੋਗੇ, ਦਿਸ ਇਜ਼ ਪ੍ਰੋਵਿਜ਼ਨਲ PR। ਐਂਡ 494 ਵੀਜ਼ਾ ਵੀ ਜਿਹੜਾ ਪ੍ਰੋਵਿਜ਼ਨਲ ਆ, ਜਦੋਂ ਤੁਸੀਂ ਇਹਨਾਂ ਦੋਨਾਂ ਦੇ ਰਿਕੁਆਇਰਮੈਂਟਸ ਮੀਟ ਕਰ ਲੋਗੇ ਜਾਂ ਜੋ ਵੀ 191 ਦੇ ਕੰਡੀਸ਼ਨਸ ਹੈਗੀਆਂ ਨੇ ਪ੍ਰਾਇਰ, ਤਾਂ ਤੁਸੀਂ 191 ਲਾਂਚ ਕਰ ਸਕਦੇ ਹੋ। ਹੁਣ ਇਹਨਾਂ ਦੇ ਬਾਰੇ ਮੈਂ ਤੁਹਾਨੂੰ ਮਤਲਬ ਅਫਕੋਰਸ ਪੂਰੀ ਡਿਟੇਲ 'ਚ ਨਹੀਂ ਦੱਸ ਸਕਦੀ, ਤੁਸੀਂ ਜੇ ਤੁਹਾਨੂੰ ਪੂਰੀ ਡਿਟੇਲਸ ਚਾਹੀਦੀ ਤੁਸੀਂ ਅਪੋਇੰਟਮੈਂਟ ਬੁੱਕ ਕਰ ਸਕਦੇ ਹੋ। ਬਟ ਇੱਕ ਬਰੀਫ ਤੁਹਾਨੂੰ ਦੱਸੂਗੀ ਕਿ 491 ਵੀਜ਼ਾ ਜਿਹੜਾ ਆ ਉਹ 489 ਨੂੰ ਹਟਾ ਕੇ ਲਿਆਇਆ ਜਾ ਰਿਹਾ। 489 ਵੀਜ਼ਾ ਬੇਸਿਕਲੀ 4 ਇਅਰਸ ਦਾ ਸੀ, ਬਟ 491 ਵੀਜ਼ਾ ਇਜ਼ ਗੋਇੰਗ ਟੂ ਬੀ ਫੋਰ 5 ਇਅਰਸ, ਠੀਕ ਹੈ। ਐਂਡ 494 ਵੀਜ਼ਾ ਵੀ 5 ਇਅਰਸ ਦਾ ਹੋਣ ਜਾ ਰਿਹਾ ਆ, ਠੀਕ ਹੈ। ਤਾਂ ਤੁਹਾਨੂੰ 5 ਸਾਲ ਦਾ ਇੱਥੇ ਸਟੇਅ ਕਰਨ ਦਾ ਟਾਈਮ ਮਿਲੂਗਾ। ਬਟ ਅਫਕੋਰਸ ਉਸ ਪੀਰੀਅਡ ਦੇ ਦੌਰਾਨ ਤੁਸੀਂ ਰਿਕੁਆਇਰਮੈਂਟਸ ਮੀਟ ਕਰੋਗੇ ਜੇ PR ਦੀਆਂ, ਤਾਂ ਹੀ ਅੱਗੇ 191 ਵੀਜ਼ਾ ਵਿਚ ਇਜ਼ PR ਪਰਮਨੈਂਟ ਵੀਜ਼ਾ, ਤਾਂ ਹੀ ਉਹ ਵੀਜ਼ਾ ਲਾਂਚ ਕਰ ਸਕੋਗੇ। ਐਂਡ ਕੰਡੀਸ਼ਨਸ ਕੀ ਨੇ ਹੁਣ 491 ਵੀਜ਼ਾ ਦੇ, 491 ਜਾਂ 494 ਵੀਜ਼ਾ ਦੇ ਵਿੱਚ? ਜਿਹੜਾ 491 ਆ ਉਹਦੇ ਵਿੱਚ ਬੇਸਿਕਲੀ ਕੀ ਹੁੰਦਾ ਸੀਗਾ ਕਿ ਤੁਸੀਂ 4 ਸਾਲ ਦਾ ਵੀਜ਼ਾ ਮਿਲਦਾ ਸੀ, ਸੋਰੀ 489 ਦੇ ਵਿੱਚ 4 ਸਾਲ ਦਾ ਵੀਜ਼ਾ ਮਿਲਦਾ, 2 ਸਾਲ ਤੁਸੀਂ ਸਟੇਅ ਕਰਦੇ ਹੋ ਐਂਡ ਆਊਟ ਆਫ ਦੋਜ਼ 2 ਇਅਰਸ 1 ਇਅਰ ਤੁਸੀਂ ਕੰਮ ਕਰਦੇ ਹੋ ਕਿਸੇ ਵੀ ਫੀਲਡ ਦੇ ਵਿੱਚ ਐਂਡ ਦੈਨ ਯੂ ਮੀਟ ਦ ਰਿਕੁਆਇਰਮੈਂਟ ਐਂਡ ਦੈਨ ਯੂ ਲਾਂਚ 887। ਬਟ ਇਹਦੇ ਵਿੱਚ ਕੀ ਆ ਕਿ 3 ਸਾਲ ਦਾ ਤੁਹਾਨੂੰ ਸਟੇਅ ਕਰਨਾ ਹੈ, 3 ਸਾਲ ਹੀ ਕੰਮ ਕਰਨਾ ਹੈ। ਪਹਿਲਾਂ 1 ਸਾਲ ਦੀ ਕੰਡੀਸ਼ਨ ਸੀ, ਹੁਣ ਤੁਹਾਨੂੰ ਕੰਮ ਵੀ 3 ਸਾਲ ਕਰਨਾ ਆ। ਐਂਡ ਦੈਨ ਉਸ ਦੌਰਾਨ ਮਸਟ ਮੀਟ ਮਿਨੀਮਮ ਥ੍ਰੈਸ਼ਹੋਲਡ ਟੈਕਸੇਬਲ ਇਨਕਮ। ਹਲੇ ਇਮੀਗ੍ਰੇਸ਼ਨ ਵੱਲੋਂ ਇਸ ਇਨਕਮ ਦਾ ਮਤਲਬ ਕੋਈ ਡਿਟੇਲਸ ਨਹੀਂ ਆਈ ਕਿ ਉਹ ਇਨਕਮ ਕਿੰਨੀ ਹੋਣ ਜਾ ਰਹੀ ਆ, ਬਟ ਦੈਨ ਉਹ ਕਹਿੰਦੇ ਨੇ ਕਿ 3 ਸਾਲ ਸਟੇ ਵੀ ਕਰਨਾ ਹੈ ਤੇ 3 ਸਾਲ ਕੰਮ ਵੀ ਕਰਨਾ ਹੈ, ਤਾਂ ਹੀ ਤੁਸੀਂ ਰਿਕੁਆਇਰਮੈਂਟ ਮੀਟ ਕਰੋਗੇ। 494 ਵੀਜ਼ਾ ਇਹ ਇੰਪਲੋਇਰ ਸਪੋਂਸਰਸ਼ਿਪ ਵੀਜ਼ਾ ਹੈ, ਜਿਵੇਂ ਕਿ ਹੁਣ ਤੁਸੀਂ ਇੰਪਲੋਇਰ ਦੇ ਨਾਲ ਇਹਦੇ ਵਿੱਚ ਤੁਹਾਨੂੰ ਇੰਪਲੋਇਰ ਸਪੋਂਸਰ ਕਰੂਗਾ। ਉਹ ਕੀ ਕਹਿ ਰਹੇ ਨੇ ਕਿ ਪਹਿਲਾਂ ਇਹ ਵੀਜ਼ਾ ਜਿਹੜਾ 482 ਦੇ ਸਿਮਿਲਰ ਆ, ਪਹਿਲਾਂ ਤੁਸੀਂ ਮਤਲਬ 482 ਤੁਹਾਨੂੰ 4 ਸਾਲ ਦਾ ਮਿਲਦਾ, ਤੁਸੀਂ ਇੰਪਲੋਇਰ ਦੇ ਨਾਲ ਕੰਮ ਕਰਦੇ ਹੋ, ਬਟ ਇਹਦੇ ਵਿੱਚ ਕੀ ਕਹਿ ਰਹੇ ਕਿ 3 ਸਾਲ ਤੁਸੀਂ ਕੰਮ ਕਰਨਾ ਆ ਤੇ 3 ਸਾਲ ਹੀ ਸਟੇ ਕਰਨਾ ਆ ਰੀਜਨਲ ਡੈਜ਼ਿਗਨੇਟਡ ਏਰੀਆਜ਼ ਦੇ ਵਿੱਚ, ਠੀਕ ਹੈ। ਮਸਟ ਮੀਟ ਮਿਨੀਮਮ ਥ੍ਰੈਸ਼ਹੋਲਡ ਇਨਕਮ। ਸੋ ਅਗੇਨ ਉਹੀ ਚੀਜ਼ ਕਿ ਜੋ ਵੀ ਇਨਕਮ ਇਮੀਗ੍ਰੇਸ਼ਨ ਡਿਸਾਈਡ ਕਰੂਗੀ ਵਿੱਚ ਜਿਹੜੀ ਕਿ ਹਲੇ ਹੋਈ ਨਹੀਂ ਆ, ਤਾਂ ਉਹ ਤੁਸੀਂ ਇਨਕਮ ਦੀ ਰਿਕੁਆਇਰਮੈਂਟ ਮੀਟ ਕਰੋਗੇ, ਤਾਂ ਹੀ ਤੁਸੀਂ 191 ਵੀਜ਼ਾ ਦੇ ਲਈ ਐਲੀਜੀਬਲ ਹੋਵੋਗੇ। ਇਹਦੇ ਲਈ ਬੇਸਿਕਲੀ ਆਹੀ ਆ ਕਿ ਹਾਂ ਕਿ ਜੇ ਤੁਸੀਂ ਇਹਨਾਂ ਦੋਨਾਂ ਦੀਆਂ ਰਿਕੁਆਇਰਮੈਂਟ ਮੀਟ ਕਰ ਦਿੱਤੀਆਂ, ਦੈਨ ਯੂ ਵਿਲ ਬੀ ਏਬਲ ਟੂ ਅਪਲਾਈ 191 ਵੀਜ਼ਾ ਵਿਚ ਇਜ਼ ਪਰਮਨੈਂਟ ਰੈਜ਼ੀਡੈਂਸ। ਓਕੇ ਓਕੇ, ਇਹਨਾਂ ਸਾਰੇ ਵੀਜ਼ਾ ਦੇ ਉੱਤੇ ਇਹਨਾਂ ਬੇਸਿਕਲੀ ਇਹਨਾਂ ਦੋਨਾਂ ਵੀਜ਼ਾ ਜਿਹੜੇ ਪ੍ਰੋਵਿਜ਼ਨਲ ਵੀਜ਼ਾਸ ਨੇ, ਇਹਨਾਂ ਦੇ ਉੱਤੇ ਕੰਡੀਸ਼ਨਸ ਨੇ। ਹੁਣ ਉਹ ਕੀ ਕੰਡੀਸ਼ਨਸ ਨੇ? ਕਹਿੰਦੇ 8608 ਵੀਜ਼ਾ ਵਿਚ ਇਜ਼ ਰਿਲੇਟਡ ਟੂ 494, ਕਹਿੰਦੇ ਤੁਸੀਂ ਸਿਰਫ ਵਰਕ ਇਨ ਨੋਮੀਨੇਟਿਡ ਆਕੂਪੇਸ਼ਨਸ ਫੋਰ 3 ਇਅਰਸ। ਸੋ ਆਬਵੀਅਸਲੀ ਜੇ ਇੰਪਲੋਇਰ ਸਪੋਂਸਰਸ਼ਿਪ ਵੀਜ਼ਾ ਤਾਂ ਤੁਹਾਨੂੰ ਜਿਹੜਾ ਵੀ ਇੰਪਲੋਇਰ ਦੇ ਨਾਲ ਤੁਸੀਂ ਕੰਮ ਕਰ ਰਹੇ ਹੋ ਤੇ ਤੁਸੀਂ ਪਰਟੀਕੂਲਰ ਜਿਹੜੇ ਆਕੂਪੇਸ਼ਨ ਦੇ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਤੁਹਾਨੂੰ ਸਪੋਂਸਰ ਕੀਤਾ ਗਿਆ, ਉਸੇ ਹੀ ਆਕੂਪੇਸ਼ਨ ਦੇ ਵਿੱਚ ਤੁਸੀਂ ਕੰਮ ਕਰੋਗੇ, ਤਾਂ ਹੀ ਤੁਸੀਂ ਰਿਕੁਆਇਰਮੈਂਟ ਮੀਟ ਕਰਦੇ ਹੋ 191 ਦੇ ਲਈ। ਫਿਰ ਓਕੇ, ਆਹ ਚੀਜ਼ ਧਿਆਨ ਰੱਖਣ ਵਾਲੀ ਹੈ, ਇੱਕ ਨਵੀਂ ਕੰਡੀਸ਼ਨ ਆ
8581. So which is face-to-face interview. New condition they accordingly, oh, can they make ena visas dili immigration case officer wallo ya immigration wallo thodi face-to-face interview ya phone interview bhi ho sakdi ya ena visas de dauran. Okay, 8578 condition ki hai ki haan jo bhi thode changes ne koi mano tusi address change kita, phone number change kita, koi bhi residential address ja contact detail apni email id change kiti kuch bhi ya, ta you will have to notify the department within 14 days jo bhi tusi change kar de ho. Then jo S56 ja request kar di immigration de wallo 8580 ke 28 days to provide the further information to department. जे डिपार्टमेंट वालों कोई रिक्वेस्ट आ रही है तो थोनों 28 डेज दिते जान देने उस रिक्वेस्ट नू सॉरी इनफॉरमेशन प्रोवाइड करने के लिए. ओके, सो बेसिकली 491 वीजा की सीगा 489 नू रिप्लेस कर रहा सीगा. ते इधर दो स्ट्रीम ने के एक तो स्टेट वालों तो सी स्पॉन्सर कितने जानते हो जब फैमिली वालों. हाँ जी, हूँ उन्होंने की क्या आया के रीजनल उन्होंने न्यू रीजनल डेजिग्नेटेड एरियाज केड़े रखे ने कहते ऑल एरियाज एक्सक्लूडिंग मेलबर्न सिडनी पर्थ गोल्ड कोस्ट एंड ब्रिस्बेन. एना सारे सिटीज नू छड़ के बाकी सारा ऑस्ट्रेलिया जड़ा एस डेजिग्नेटेड रीजनल एरिया कंसीडर किया जाऊगा. ऑलराइट, सो जे देखा जावे पहला इदे विच हुन कौन अफेक्टेड होगा. वैसे तो सारिया दे लिया है, इस वीजा दे ली, लाइक एम्प्लॉयर स्पॉन्सरशिप दे ली भी है, स्टेट दे ली भी है एंड फैमिली दे ली भी है. हुन की कहंदे ने कि इधर मेन अफेक्टेड कौन होगा कि जिदा कई दे रिलेटिव विक्टोरिया दे विच रहंदे सीगे फैमिली स्पॉन्सरशिप दे ली तुसी जानदे सीगे विक्टोरिया दे विच स्टे करदे सी. उन्होंने ये कह दिता कि तुहाडा रिलेटिव वी स्पॉन्सर शुड रिजाइड इन डेजिग्नेटेड रीजनल एरिया. जे थोड़ा फैमिली जिहड़ी आ इत्थे रह रही है विक्टोरिया दे विच ही रह रही है ऑफ कोर्स ओ एलिजिबल स्पॉन्सर नहीं होंगे. ये चीज उन्हां नूं अफेक्ट कर रही जिन्हां दी फैमिली इत्थे आ विक्टोरिया दे विच जे तुसीं उन्हां कोल स्पॉन्सरशिप लै रहे हो. बट अदरवाइज की आ कि मेलबर्न सिडनी पर्थ गोल्ड कोस्ट एंड ब्रिस्बेन तो इलावा बाकी सारा जिहड़ा आ ऑस्ट्रेलिया नूं रीजनल कंसीडर कीता जाऊगा. सो चलो नैक्सट ते चलदे. ओके, एक चीज मैं दसना भुल गई. 482 वीजा दे विच की सी बेसिकली एम्प्लॉयर स्पॉन्सरशिप दे विच कि थोनू जे थोड़ा एम्प्लॉयर दे नाल पहले एम्प्लॉयर दे नाल एम्प्लॉयमेंट सीज हो जांदी आ तो थोनू 60 डेज मिलदे सीगे एम्प्लॉयर दूसरा एम्प्लॉयर लभण दे लई. बट 494 वीजा दे विच पॉजिटिव पॉइंट की आ कि थोनू 90 डेज मिलणगे टू फाइंड एन अदर एम्प्लॉयर जे थोड़ी पहले एम्प्लॉयर दे नाल एम्प्लॉयमेंट सीज हो जांदी आ. ते ओके, restrictions for the 491 and 494. okay, hun immigration wallo kiya ke of course positive cheezan de naal unhone restrictions bhi la ditiyan na inna visas de utte. oh kehnde ne ke je tusi eh visas tonu grant ho gaye ne, theek hai, jidda pehla ki hunda siga ke haan ji tusi 489 pa ditta us to baad you can switch on to 189 or 190 je todi 190 state sponsorship aa gaya ya 189 te tusi switch off kar lende sige because todi ko points enough ho jande si ya tusi as per 190 state di requirement meet kar lende sige ta tusi switch kar lende si provisional pr to direct pr de utte. but hun unhone immigration ne ki condition la ditti hai ke je todi kol 491 which is skilled regional visa ते 494 जेड़ा कि skilled employer regional visa ये भी regional visa जेड़ा दोनों दे विचों कोई भी हैगा ते जिन्नी देर तक तुसी 3 साल अपने regional designated area designated regional area दे विच पूरे नहीं कर लेंदे हो उन्नी देर तक तुसी कोई भी इन्हां दे विचों कोई भी visa apply नहीं कर सकते हो. there are couple of visas जेड़े तुसी apply नहीं कर सकते हो but main केड़े ने 189 skilled independent visa 190 स्टेट स्पॉन्सरशिप जिन्होंने कहते हैं ते 820 पार्टनर वीजा ऑनशोर पार्टनर वीजा तुसी लॉन्च नहीं कर सकते हो जे थोड़े कोले आह वीजा होल्ड कर रहे हो तो 3 साल तक थोनू वीजा होल्ड करके रखना ही है. ते होर जिहड़े आह वीजाज ने सॉरी इंप्लॉयर नॉमीनेशन हो गया 189 इंप्लॉयर नॉमीनेशन स्कीम या 132 एंड 188 बिजनेस वीजाज. ओके, सो बेसिकली अज का यही टॉपिक सीगा. अफकोर्स मैं थोनू एंड ते यही रिकमेंड करना चाहूंगी कि जो भी इमीग्रेशन वालों चेंजेस आ रही ने उन्होंने ध्यान दे विच रखते हुए कि तुसी किदा इंप्रूव कर सकते हो जिदा तुसी इत्थे ही रहना चाहते हो मेलबर्न दे विच ही रहना चाहते हो जां जो भी उन्होंने रीजनल एरिया जिदा मेलबर्न पर्थ
गोल्ड पोस्ट, ब्रिस्बेन, सिडनी, जे इन्हां जगह दे उत्ते रह के ही अपनी पीआर दी तैयारी करना चाहुंदे हो तो अफकोर्स थोनू पॉइंट सिस्टम ते पॉइंट्स वधाने पैणगे, पॉइंट्स ते ही ध्यान देना पौगा। तां जिहड़े होर ओके पॉइंट्स कितना वधा सकते हो, पार्टनर जिहड़े कि हुण स्किल्ड पार्टनर जिहड़े ने उहनां नूं वध पॉइंट्स क्लेम कर सकते हो उहनां दे, तां अफकोर्स तुसीं अपने पार्टनर दी स्किल असैसमेंट दी तैयारी हुण तों स्टार्ट कर सकते हो। जे थोड़े पार्टनर का ऑक्यूपेशन लिस्ट दे विच आ तो तुसीं हुण तों अपने पार्टनर दी स्किल असैसमेंट दी तैयारी कर सकते हो। प्लस जे पार्टनर दे कोल स्किल असैसमेंट नहीं हैगी तो तुसीं अपने पार्टनर दी 6H दी तैयारी करवा सकते हो हुण तों ही, ताकि थोड़ा टाइम उदों तक खराब ना होवे ते 16 नवंबर तक जो भी न्यू चेंजेस आ रहे ने उहदे अकॉर्डिंगली तुसीं ऑलरेडी रेडी रहो उहनां चेंजेस दे लई। ओके, हुण जे तुसीं पॉइंट सिस्टम नूं छड्ड के अफकोर्स होर ऑल्टरनेटिव सिस्टम सॉरी ऑल्टरनेटिव ऑप्शन देखना चाहते हो तो अफकोर्स स्टेट ऑप्शन है, तुसी स्टेट्स दे विच स्टडी करने की कोशिश करो, स्टेट की रिक्वायरमेंट मीट करने की कोशिश करो। अफकोर्स बहुत सारे स्टेट ने जिहड़े कि ऑलमोस्ट सारे ऑक्यूपेशन के लिए खुले ने, जिदा टस्मैनिया हो गया, नॉर्दन टेरेटरी हो गया, सारे अफकोर्स टस्मैनिया जाते हैं पर नॉर्दन टेरेटरी कोई नहीं जाता बिकॉज ऑफ मे बी वैदर और समथिंग लाइक दैट, कितों कह देंगे कि हाँ जी जॉब नहीं मिलती उत्थे। अफकोर्स जिनी देर तक जाओगे नहीं उन्नी देर तक थोनू पता नहीं लगेगा। जे थोनू पी आर चाहिए या तो पॉइंट्स से वर्क करो या थोनू हार्डशिप के थ्रू जाना ही पेगा, यही कि तुम इतने बैठ के पॉइंट्स भी नहीं पूरे कर रहे हो तो स्टेट की ऑप्शन भी मीट नहीं कर रहे हो। तो जे तुम मेहनत करोगे अफकोर्स स्टेट के जाके खुद जाके कह देंगे कि हाँ मेरे फ्रेंड ने कहा कि हाँ जी उत्थे जॉब्स नहीं है, अफकोर्स तुम खुद जाके हर एक स्किल सैट अलग हों, हो सकता थोड़ा जॉब मिल जाए किसी होर स्टेट के जाके। तो मैं थोड़ा यही सलाह देना चाहूँगी कि बिना कोशिश किए प्लीज इदा दे मतलब मैंटैलिटी ना बनाओ कि हाँ कि फ्रेंड को जॉब नहीं मिली तो मैनू भी नहीं मिलनी हैगी। तुम स्टेट के रिक्वायरमेंट मीट करने की कोशिश करो, जिदा कि हम टैसमैनिया की रिक्वायरमेंट है कि 2 साल की स्टडी करोगे तो डायरेक्ट 190 मिलेगा, ये 1 साल की स्टडी करोगे तो 489 अप्लाई कर सकते हो, विच इज गोइंग टू बी चेंज बाय और रिप्लेस्ड बाय 491। तो इस टाइम के उत्ते 1 साल की स्टडी वाली ऑप्शन देख सकते हो कि हाँ मान लो कि हुण तुसीं जाके उत्ते किसी कोर्स के इनरोल हो जाते हो तो हो सकता जे टैसमैनिया फ्यूचर के कुछ चेंजेस करता है जून जुलाई के, क्योंकि जे आप पुराना ट्रेंड देखिए टैसमैनिया का तो मतलब मोस्टली जून जुलाई के चेंजेस आदि ही ने, तो यह भी हो सकता ना कि तुम न्यू चेंजेस के अंडर ना आओ। स्टेट की रिक्वायरमेंट्स की मैं गल कर रही, इतने पॉइंट सिस्टम की गल नहीं कर रही, ठीक है। तो हो सकता ना कि तुम यही जो पुरानी रिक्वायरमेंट्स ही ने उन्होंने ही मीट करके तुम अपनी पी आर 489 वीजा एटलीस्ट जी प्रोविजनल पी आर आनू लै सकते हो, ठीक है। होर या की है 6 महीने का वर्क एक्सपीरियंस, टैसमैनिया के हम जो 6 महीने का थोड़े को रेलीवेंट वर्क एक्सपीरियंस हैगा आ तो तुम डायरेक्ट पी आर अपलाई कर सकते हो मिनिमम पॉइंट्स के नाल भी एलीजिबिलिटी क्राइटेरिया मीट करके। तो जे थोड़े कोई होर जॉब आ तो उसके बेसिस पे तुम 489 लै सकते हो, बट नॉर्दर्न टेरेटरी के भी जो थोड़े को रेलीवेंट वर्क एक्सपीरियंस हैगा 6 महीने का, 6 महीने का रेलीवेंट वर्क एक्सपीरियंस भी हैगा आ, या थोड़े को 2 साल की स्टडी हैगी है उत्थे तो तुम नॉर्दर्न टेरेटरी के थ्रू भी अप्लाई कर सकते हो। होर भी बहुत सारे स्टेट ने जिहड़े मतलब एज पर ऑक्यूपेशन तुम चैक कर सकते हो कि थोड़े लिए बैटर स्टेट कहड़ा आ। सो एंड ते यही कहूंगी कि पॉइंट्स के नाल नाल तुसी ऑल्टरनेटिव ऑप्शन भी देखो, स्टडी अकॉर्डिंगली करो। हुण मान लो कि तुसी इत्थे हो जे, जे थोड़ी स्टडी जिहड़ी आ पीयर लिस्ट दे विच नहीं हैगी तो ट्राई टू गो फॉर ट्रेड कोर्सेज या कोई होर इदां दी स्टडी करो, कॉन्करेंट कोर्स लैके तुसी स्टडी कर सकते हो कि जिहड़े कि थोनू पीआर दे रहे ने। प्लस कॉन्करेंट कोर्स लोगे तो मान लो कि जो तुम कॉन्करेंट कोर्स भी लैना तो एंड ते वैसे मैं तुम्हें फाइनली यही कहूंगी कि रीजनल एरिया दे विच ही स्टडी करन दा इस टाइम ते फायदा है। जो तुम अपने किसी भैन भरा इंडिया तो बुला रहे हो या किसी होर कंट्री तो जिन्होंने भी बुला रहे हो इतने तो बैटर है कि तुम उन्होंने रीजनल स्टेट्स के ही बुलाओ तो ही फायदेमंद होगा थोड़े लिए। एनी वे हम आने थोड़े क्वेश्चन के उत्ते,
sorry friend, thode mein questions check karna. Requirement for Devi Singh, requirement for South Australia state sponsorship after MPA. So basically South Australia the requirement 3 saal da work experience ha accountants de, accountants de layi because accountant jo occupation ha oh South Australia di supplementary list de vich ha is karke jehda jehde occupation South Australia di supplementary list de vich ne unna de layi special conditions apply hundiyan ne as per those special conditions accountants de layi 3 saal da work experience chahida ha Adelaide de vich. Okay, Nandip Kaur Sharma, how much time it takes for 190 New South Wales accounting with 85 points? So, Nandip, basically New South Wales da koi particular time frame nahi hai ga invitations da. So, of course, hale ta waiting hi chal rahi hai because jado maan lo ke thode New South Wales li 85 points ne 190 de, of course thode 189 li 80 honge. ਤਾਂ ਨਿਊ ਸਾਊਥ ਵੇਲਜ਼ ਲਈ ਹਮੇਸ਼ਾ 5 ਪੁਆਇੰਟ ਜਿਹੜੇ ਨੇ ਐਕਸਟਰਾ ਹੋਣੇ ਚਾਹੀਦੇ ਨੇ ਤਾਂ ਹੀ ਤੁਹਾਡਾ ਜਿਹੜਾ ਇਨਵੀਟੇਸ਼ਨ ਆ ਉਹ ਆਊਗਾ ਮੰਨ ਲਓ ਕਿ ਤੁਹਾਡੇ ਨਿਊ ਸਾਊਥ ਵੇਲਜ਼ ਦੇ ਮਿਲਾ ਕੇ 90 ਬੰਦੇ ਹੁੰਦੇ ਤਾਂ ਤੁਹਾਡੇ ਚਾਂਸਸ ਹੁੰਦੇ ਕਿ ਤੁਹਾਡਾ ਇਨਵੀਟੇਸ਼ਨ ਜਲਦੀ ਆ ਜਾਂਦਾ ਬਟ ਆਫ ਕੋਰਸ 190 ਨਿਊ ਸਾਊਥ ਵੇਲਜ਼ ਵਿਦ 85 ਪੁਆਇੰਟਸ ਹਲੇ ਤਾਂ ਤੁਹਾਨੂੰ ਵੇਟਿੰਗ 'ਚ ਹੀ ਰਹਿਣਾ ਪਊਗਾ. ICT's ਸੁਰਿੰਦਰ ਸਿੰਘ ਨੇ ਪੁੱਛਿਆ ਆ ICT ਸਿਕਿਉਰਿਟੀ ਸਪੈਸ਼ਲਿਸਟ ਹਾਊ ਮੈਨੀ ਪੁਆਇੰਟਸ ਫੋਰ ਨਾਓ. See Surinder, ICT security specialist occupation jada hai ta waise non pro rata but is time te sare hi occupations de jede points ne oh 80 ne ta ICT security specialist bhi 80 points de hi hai because this is the end of financial year to ho sakta ke next financial year de vich kuch changes aan nu milan. Next question sare points de hi questions ne. Aarti Sharma, EY launches at 80 in Feb, please advise future scope after July. Aarti, I'm not sure ke thoda occupation ki ya 80 points de utte, but I'm not sure. Jeta thoda occupation IT wagaira ya, taan ta tusi expect kar sakde ho invitation apna June July de vich. But agar accounting ga, ta of course thonu wait karna pauga. Anirudh Sharma, 190 requirement for Tasmania. Anirudh, 190 de accordingly Tasmania de li basically thode kol 60 points apne aap hone chahide ne and 5 points thonu automatically state dinda je tusi state de requirement meet karde ho. Hun 190 ki kehnda sorry Tasmania de requirement ki hai ki 2 years is study in Tasmania ya 6 mahine da thode kol relevant work experience hega ya ta ta tusi apply kar sakde ho direct PR. Next question, how much time for motor mechanic with 65 points by Shamir Raza. So I know motor mechanic ta basically trade occupation ha pehla dekha janda si ki trade occupations de jehde ghat to ghat point de vich vi matlab minimum eligibility criteria de naal vi invitation aa jande si but 65 points de utte is time te kise da vi invitation nahi aa reha paave ki trade occupation ha because jivein ki tuhanu pehla vi dassiya ki end of the financial year hai is karke sab de layi hi invitation jehde ne thoda difficult ho gaya ya so is layi tuhanu wait karna hi better ha plus wait karde karde tusi alternative options de layi jao native vagaira karo ya work experience te work karo plus state options de layi tusi dekho je tusi state de requirement meet karoge ta of course tuhanu hor options tuhade kol aa sakdi hai PR de layi. How many Malik Khawar, how many points are going for automotive nowadays? So basically automotive again motor mechanic occupation ha ta sare occupation jehde non pro rata vi ne matlab ke trade occupations vi ne jo ohna de layi vi points jehde ne is time te highest hi chahide ne but alternative options ki ne state options de layi tusi ja sakde ho. So basically sare questions hi points de naal related ne. So what I recommend you guys jidda ki main thonu apne pehla discussion de vich dass ditta ke thonu
ਇਸ ਫਾਈਨੈਂਸ਼ੀਅਲ ਈਅਰ ਦੇ ਵਿੱਚ ਤਾਂ ਵੇਟ ਕਰਨੀ ਹੀ ਪਊਗੀ। ਮੀਨ ਟਾਈਮ ਦੇ ਵਿੱਚ ਤੁਸੀਂ ਆਲਟਰਨੇਟਿਵ ਆਪਸ਼ਨਸ ਦੇ ਸਕਦੇ ਹੋ, ਪੁਆਇੰਟਸ ਵਧਾਓ ਕਿਉਂਕਿ 16 November ਤੋਂ ਬਹੁਤ ਡਰੈਸਟਿਕ ਚੇਂਜਿਸ ਆ ਰਹੀਆਂ ਨੇ ਪੁਆਇੰਟ ਸਿਸਟਮ ਦੇ ਵਿੱਚ। ਸੋ ਇਨ ਕੇਸ ਜੇ ਤੁਹਾਨੂੰ ਵੀਜ਼ਾ ਦੇ ਰਿਲੇਟਡ ਜਾਂ ਪੁਆਇੰਟਸ ਦੇ ਰਿਲੇਟਡ ਹੋਰ ਕੋਈ ਕੁਐਰੀਜ਼ ਨੇ, ਤੁਸੀਂ ਅਫਕੋਰਸ ਮੈਨੂੰ ਕੰਟੈਕਟ ਕਰ ਸਕਦੇ ਹੋ ਆਫਿਸ ਦੇ ਵਿੱਚ, ਤਾਂ ਮੇਰਾ ਫੋਨ ਨੰਬਰ ਆ 0414020215, ਇੱਥੇ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਤੁਹਾਨੂੰ ਆਪਣਾ ਨੰਬਰ ਸੈਂਡ ਕਰ ਦੂੰਗੀ, ਤੁਸੀਂ ਮੈਸੇਜ ਕਰ ਸਕਦੇ ਹੋ, ਕਾਲ ਕਰ ਸਕਦੇ ਹੋ ਅਤੇ ਅਪੁਆਇੰਟਮੈਂਟ ਬੁੱਕ ਕਰ ਸਕਦੇ ਹੋ, ਆਫਿਸ ਦੇ ਨੰਬਰ 'ਤੇ ਕਾਲ ਕਰਕੇ ਅਪੁਆਇੰਟਮੈਂਟ ਬੁੱਕ ਕਰ ਸਕਦੇ ਹੋ ਮੇਰੇ ਨਾਲ। ਅਤੇ ਜੇ ਤੁਹਾਨੂੰ ਹੋਰ ਕੋਈ ਕੁਐਰੀਜ਼ ਨੇ, ਅਫਕੋਰਸ ਆਈ ਟਰਾਈ ਟੂ ਆਨਸਰ ਯੂਰ ਕੁਐਸਚਨ, ਜਿਹੜੇ ਤੁਸੀਂ ਇੱਥੇ ਕੋਮੈਂਟ ਸੈਕਸ਼ਨ ਦੇ ਵਿੱਚ ਕੁਐਸਚਨ ਭੇਜੇ ਹੋਏ ਨੇ, ਆਈ ਟਰਾਈ ਕਿ ਮੈਂ ਮੈਕਸੀਮਮ ਕੁਐਸਚਨ ਦੇ ਆਨਸਰ ਦੇ ਸਕਾਂ। ਅਤੇ ਟਾਈਮ ਨੂੰ ਦੇਖਦੇ ਹੋਏ ਅਫਕੋਰਸ ਹੁਣ ਮਤਲਬ ਕੰਟੀਨਿਊ ਨਹੀਂ ਕਰ ਸਕਦੀ ਇਸ ਟਾਈਮ ਦੇ ਉੱਤੇ, ਬਟ ਮੈਂ ਤੁਹਾਡੇ ਕੋਮੈਂਟ ਸੈਕਸ਼ਨ ਦੇ ਵਿੱਚ ਤੁਹਾਨੂੰ ਆਨਸਰ ਦੇ ਦੂੰਗੀ। ਤੁਸੀਂ ਮੇਰੇ ਨਾਲ ਅਪੁਆਇੰਟਮੈਂਟ ਬੁੱਕ ਕਰ ਸਕਦੇ ਹੋ ਜੇ ਤੁਹਾਨੂੰ ਡਿਟੇਲਡ ਇਨਫੋਰਮੇਸ਼ਨ ਚਾਹੀਦੀ ਹੈ। ਥੈਂਕ ਯੂ ਸੋ ਮਚ।